ਹੱਕਾਂ ਦੀ ਲੜਾਈ ਵਾਸਤੇ ਆਏ ਆ। ਮੋਦੀ ਸਰਕਾਰ ਤੋਂ ਜੋ ਇਹਨੇ ਕਾਲੇ ਕਾਨੂੰਨ ਬਣਾਏ ਹੋਏ ਆ, ਜੋ ਇਹਨੇ ਪਾਸ ਕੀਤੇ ਨੇ, ਉਹਨੂੰ ਰੱਦ ਕਰਵਾਉਣ ਆਏ ਆ ਤੇ ਰੱਦ ਕਰਵਾ ਕੇ ਹੀ ਆਪਣੇ ਪਿੰਡ ਵਾਪਸ। ਦੇਖੋ ਜੀ, ਪੜ੍ਹਾਈ ਵੀ ਨਾਲ ਕਰਨੀ ਪੈਂਦੀ, ਪੜ੍ਹਾਈ ਵੀ ਜ਼ਰੂਰੀ ਹੈ, ਲੜਾਈ ਇਸ ਸਮੇਂ ਲੜਾਈ ਵੀ ਜ਼ਰੂਰੀ ਹੈ। ਮੇਰੇ ਪਤੀ ਅਤੇ ਮੇਰੀ ਬੇਟੀ, ਅਸੀਂ ਪਰਿਵਾਰ ਦੇ 3 ਮੈਂਬਰ ਆ, ਔਰ ਮੇਰੇ ਸਾਡੇ ਘਰਾਂ ਦੇ ਵਿੱਚ ਮੇਰਾ ਇੱਕ ਦੇਵਰ ਆ, ਇੱਕ ਮੇਰਾ ਜੇਠ ਆ, ਉਹ ਵੀ ਆਏ। ਅਸੀਂ ਹਿੱਸਾ ਲੈ ਰਹੇ ਹਾਂ ਕਿ ਸੰਘਰਸ਼, ਜਿਹੜਾ ਜ਼ੁਲਮ ਦੇ ਖਿਲਾਫ ਅਸੀਂ ਸੰਘਰਸ਼ ਕਰਦੇ ਹਾਂ, ਕਰਦੇ ਹੀ ਰਵਾਂਗੇ। ਜਿੰਨੀ ਦੇਰ ਇਹ ਸੰਘਰਸ਼ ਚੱਲੂਗਾ ਅਸੀਂ ਚਲਾਵਾਂਗੇ। ਰੱਬ ਮਿਹਰ ਕਰੇ ਕਿ ਹੱਕ ਸਾਨੂੰ ਜਲਦੀ ਹੀ ਮਿਲ ਜਾਣਾ।